ਮੁੰਡਾ ਕਿਹੜਾ ਹੁੰਦਾ ਸੀ ਸਰਤਾਜ ਇਸਰਾਰ ਦੇ ਦਰਸ਼ ਹੁੰਦਾ ਸੀ ਉਹ ਦੁਆਣੇ ਖੋਂਦਾ ਸੀ ਖੱਕੜੀਆਂ ਖੋਂਦਾ ਸੀ ਲੋਕਾਂ ਨੂੰ ਤੇ ਆਪਣਾ ਬੋਲ ਪਾ ਲੈਣੇ ਇਹੋ ਜਿਹੇ ਕੰਮ ਕਰਨੇ ਵਾਧਾ ਲੜਾਈਆਂ ਹੁੰਦੀਆਂ ਹਨ ਲੜਾਈ ਇੱਕ ਬੜੀ ਚੰਗੀ ਸਿੱਖਾਂ ਦੇ ਮੁਸਲਮਾਨਾਂ ਦੀ ਉਹ ਕੋਈ ਹੋਰ ਕੰਮ ਸੀ ਸਾਡੇ ਪਿੰਡ ਕਤਲ ਬੜੇ ਕਤਲ ਬੜੇ ਹੁੰਦੇ ਨਾ ਜ਼ਿਆਦਾ ਉਹ ਇੱਕ ਜਿਹੜਾ ਬਾਬਾ ਬੂਟਾ ਸਿੰਘ ਦਾ ਭਰਾ ਸੀ ਸੁੰਦਰ ਸਿੰਘ ਉਹਦਾ ਨਾਂ ਸੀ ਬੜਾ ਜਵਾਨ ਸੀ ਉਹਨੂੰ ਸੋਟਾ ਮਾਰਦੇ ਦੂਜਾ ਨਹੀਂ ਖੇਡਦਾ ਅਤੇ ਪੇਸ਼ੀ ਹੋਈ ਹੈ ਉਸ ਆਖਿਆ ਚਲੋ ਬਾਂਗ ਆਖੋ ਉਹ ਬਾਂਗ ਦੇ ਜਿਹੜੇ ਮੈਨੂੰ ਆਖੀ ਹੈ ਅਤੇ ਸਿੱਖਾਂ ਫਿਰ ਪਏ ਨੇ ਭੱਜ ਕੇ ਅਤੇ ਆਪ ਬੂਹੇ ਦੇ ਵਿੱਚ ਗਏ ਫਿਰ ਬੈਠਾ ਹੈ ਉਹ ਸਿੱਖਾਂ ਦੀ ਪੇਸ਼ ਨਹੀਂ ਫਿਰ ਗਈ ਸਨ ਉਹਨਾਂ ਬੱਕਰੇ ਨੂੰ ਬੰਨ ਲੈਣਾ ਨਾਲ ਖੁੱਲ੍ਹੀ ਦੇ ਕਿੱਤੀ ਆ ਕੇ ਮਾਰਨਾ ਟੋਕਾ ਇੱਥੇ ਅਤੇ ਬੱਕਰੇ ਸਰੀਰ ਉੱਥੇ ਜਾ ਨਹੀਂ ਪੜੇ ਉਹ ਝਟਕਾ ਕਰ ਬੰਦੇ ਪਿੰਡ ਦੇ ਜਿਹੜੇ ਸਨ ਨਾ ਉਹ ਆਪਣੇ ਪਿੰਡ ਦੇ ਹੀ ਮਾਰੇ ਸਨ ਅਸਨ ਵਿਚਾਰੇ ਮਹਤਾਜ ਦੂਜੇ ਸਾਰੇ ਟੁਰ ਗਏ ਜਿਹੜੇ ਜਾਣ ਚੁੱਕੇ ਸਨ ਉਹ ਇੱਕ ਇੱਥੇ ਲੰਘਾ ਜਿਹਾ ਸੀ ਦੋਵੇਂ ਭਰਾ ਹੀ ਲੰਘੇ ਉਹ ਬਾਬਾ ਕੀ ਉਹਨਾਂ ਭਾਗ ਸਿੰਘ ਤੇਜਾ ਸਿੰਘ ਦੋਵੇਂ ਲੰਘਿਆ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਬੜੀ ਵਾਲਾ ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਨਸ਼ਹਿਰਾ ਵਿਰਗਾ ਇਸ ਪਾਸੇ ਬਖਸ਼ਿਸ਼ਪੁਰਾ ਪਿੰਡ ਅਤੇ ਸਾਹਮਣੇ ਜਿਹੜਾ ਉਹ ਵਸਾਖਾ ਸਿੰਘ ਅਤੇ ਭਈ ਵਸਾਖਾ ਸਿੰਘ ਅਤੇ ਇੱਧਰ ਤਾਰੀ ਵਾਲਾ ਨਾਲ ਵਜ਼ੀਰ ਕੇ ਚੱਠਾ ਇੱਧਰ ਐਸੇ ਲੰਘ ਇੱਧਰ ਕੋਟ ਜੀਵਾ ਅਤੇ ਕੋਟ ਚੰਦ ਥੇਰੀ ਗਿੱਲਾਂ ਬਟਾਲਾ ਚੰਦਾ ਸਿੰਘ ਸ਼ੇਰ ਬਾਬਾ ਹਾਕਮ ਸਹੀ ਜੀ ਹਾਕਮ ਅੱਛਾ ਠੀਕ ਹੈ ਠੀਕ ਹੈ ਅਤੇ ਉਮਰ ਕਿੰਨੀ ਕੁ ਹੋਇਆ ਇਸੇ ਲਈ ਆਪਣੀ ਮੇਰੀ ਹਾਂਜੀ ਮੇਰੀ ਉਮਰ ਜਦੋਂ ਇਹ ਆਏ ਨਾ ਉੱਥੇ ਮਾਜਰ ਉਦੋਂ ਦੋ ਕੁ ਸਾਲ ਪਿੱਛੋਂ ਮੇਰਾ ਵਿਆਹ ਹੋਇਆ ਮਤਲਬ ਮੇਰੇ ਨਾਲ ਕਰੀਬ ਨਾ ਅਸੀਂ ਗੁਆਂਢੀ ਸਾ ਨਾ ਇਹਦਾ ਨਿੱਕਾ ਭਰਾ ਜਿਹੜਾ ਉਹ ਮੇਰਾ ਆਣੀ ਹੈ ਅਤੇ ਦੋ ਸਾਲ ਵੱਡਾ ਹਾਂ ਮਤਲਬ ਇਹ ਉਦੋਂ ਤੁਸੀਂ ਕਿੰਨੇ ਸਾਲ ਦੇ ਸੋ ਸੋਲ੍ਹਾਂ ਸਾਲ ਸੋਲ੍ਹਾਂ ਅਤੇ ਅਠਾਰਾਂ ਸਾਲ ਅਠਾਰਾਂ ਸਾਲ ਦਾ ਅਤੇ ਵੀਹ ਕੁ ਸਾਲ ਦਾ ਹੋ ਗਿਆ ਜਦੋਂ ਇਹਦਾ ਵਿਆਹ ਹੋਇਆ ਕੌਮ ਆਪਣੀ ਕਿਹੜੀ ਹੈ ਜੱਟ ਦੁੱਲੋ ਦੁੱਲੋ ਜੱਟ ਹਾਂਜੀ ਅਤੇ ਤੁਹਾਡਾ ਇਹ ਪਿੰਡ ਕਿਹੜਾ ਜਿੱਥੇ ਤੁਸੀਂ ਬੈਠੇ ਹੋ ਇਹ ਪਿੰਡ ਜੀ ਬੜੀ ਵਾਲਾ ਬੜੀ ਵਾਲਾ ਹਾਂ ਬੜੀ ਵਾਲਾ ਇਹਦਾ ਜ਼ਿਲ੍ਹਾ ਕਿਹੜਾ ਇਹਦਾ ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਨਸ਼ਹਿਰਾ ਵਿਰਕਾ ਨਸ਼ਹਿਰਾ ਵਿਰਕਾ ਠੀਕ ਹੈ ਇਹਦੇ ਬੜੀ ਵਾਲੇ ਦੇ ਜਿਹੜੇ ਆਲੇ ਦੁਆਲੇ ਕੋਈ ਪਿੰਡ ਨੇ ਨਾ ਜਿਹੜੇ ਸੱਤ ਅੱਠ ਮੈਨੂੰ ਉਹਨਾਂ ਦਾ ਨਾਂ ਦੱਸ ਦਿਓ ਹਾਂਜੀ ਬਤਾਲਾ ਝੰਡਾ ਸਿੰਘ ਸਾਡੇ ਇਹ ਆਪਣਾ ਨਾ ਡਾਕਖਾਨਾ ਅਤੇ ਫਿਲੋ ਕੇ ਨੇ ਉਦੋਂ ਵਾਲੀ ਹੈ ਵਜ਼ੀਰ ਕੇ ਚੱਠਾ ਨੇ ਧਾਰੀ ਵਾਲਾ ਹੈ ਮਸ਼ੀਪੁਰਾ ਹੈ ਅੰਬੋਗੇ ਉਹ ਕੋਲੋਂ ਕੋਲੇ ਪਿੰਡ ਨੇ ਪੰਜ ਸੱਤ ਠੀਕ ਹੈ ਠੀਕ ਹਾਂ ਸਹੀ ਹੈ ਸੰਨ 47 ਤੋਂ ਪਹਿਲਾਂ ਜਿਹੜਾ ਤੁਹਾਡਾ ਪਿੰਡ ਹੈ ਬੜੀ ਵਾਲਾ ਹਾਂ ਇਹਦੇ ਵਿੱਚ ਕਿਹੜੇ ਕਿਹੜੇ ਲੋਕ ਰਹਿੰਦੇ ਸਨ ਜ਼ਾਤ ਦੇ ਧਰਮ ਦੇ ਇਹਦੇ ਵਿੱਚ ਸਿੱਖ ਰਹਿੰਦੇ ਸਨ ਮੁਸਲਮਾਨ ਸਨ ਹਾਂਜੀ ਉਹ ਇਹ ਸਨ ਸਾਰੇ ਦੁੱਲੂ ਜੱਟ ਬਲਾਦਰੀ ਸਾਰੀ ਦੁੱਲੂ ਸਿੱਖ ਹੋਵੇ ਜਾਂ ਮੁਸਲਮਾਨ ਹੋਵੇ ਦੁੱਲੂਆਂ ਦਾ ਇਹ ਬੜੀ ਵਾਲਾ ਦੁੱਲੂਆਂ ਦਾ ਖੁਆਇਆ ਅਤੇ ਕੋਈ ਜਿਹੜੇ ਜਿਵੇਂ ਕੰਮੀ ਹੁੰਦੇ ਨੇ ਉਹਨਾਂ ਦੇ ਵਿੱਚੋਂ ਵੀ ਉਹਨਾਂ 'ਚੋਂ ਵੀ ਸਨ ਮਾਛੀ ਸਨ ਸ਼ੇਖ ਸਨ ਮੋਚੀ ਸਨ ਕਾਰੋਬਾਰ ਕਰਨ ਵਾਲੇ ਠੀਕ ਹੈ ਅਤੇ ਜਿਹੜੇ ਦੁੱਲੂ ਜੱਟ ਸਨ ਸਿੱਖ ਉਹਨਾਂ ਦੇ ਕਿੰਨੇ ਕੁ ਘਰ ਸਨ ਪਿੰਡ ਵਿੱਚ ਉਹ ਜੀ ਦੁੱਲੂਆਂ ਸਿੱਖਾਂ ਦੇ ਕੋਈ ਸਨ ਕੋਈ ਵੀ ਘਰ ਅਤੇ ਮੁਸਲਮਾਨਾਂ ਦੇ ਇਹਨਾਂ ਦੇ 1500 ਘਰ ਸਨ ਪਿੰਡ ਲਾਮਰ ਲਾ ਕੇ 60-70 ਦੇ ਨੇੜੇ 50-60 ਘਰ ਸਨ ਹਾਂ ਠੀਕ ਹੈ ਅਤੇ ਸਿੱਖਾਂ ਦੇ ਵਿੱਚੋਂ ਦੁੱਲਵਾਂ ਦੇ ਵਿੱਚੋਂ ਜਿਹੜੇ ਕੋਈ ਸਿਰ ਕਰਦਾ ਬੰਦੇ ਸਨ ਨਾ ਮਸ਼ਹੂਰ ਉਹਨਾਂ ਦਾ ਮੈਨੂੰ ਨਾਂ ਦੱਸ ਦਿਓ ਉਹਨਾਂ ਦੇ ਨਾਂ ਦੇਵਾ ਸਿੰਘ ਅੱਛਾ ਦੂਜੇ ਦੇ ਨਾਂ ਸੀ ਵਧਾਵਾ ਸਿੰਘ ਉਹ ਇੱਕ ਸੀ ਬੁੱਢਾ ਸਿੰਘ ਹਾਂ
इस तरह करके ना बूटा सिंह से वो साडा चाचा लगता से ओदा वखरा खूह से अपना वड्डा खूह नवांदे सन ये बंदे सन साढ़े जड़े बाट उत्थे टुर जाने इंडिया सिर करदा सन सिर करदा सन ते मुसलमानां दे विचों जड़े कोई मशहूर बंदे सन उस वेले पांच सात बंदे सन जी जड़े मौत दे सन हां जी मेरा प्यो भी सी वरीदाद नवाब सैन फतेह महमद पिंड का उदू नंबरदार कौन होंगे सी देवा सिंह एक ही नंबरदार सी एक ही नंबरदार वह भी दुल्लू जट सी वह भी दुल्लू जट सी ठीक है पिंड के आले दुआले जे उदू खूह होंगे सन इन्हों के ना होंगे सन ते इन्हां दे मैनूं खूहां दे नां दस दिओ ते इह वी दस दिओ कि ओह खूह किहदा किहदा हुंदा सी अच्छा बूटा सिंह दा खूह सी वड्डा जी वड्डा खूह ते आदला किहदा सी आदला हां ये मेरी समाज च विद्यार्थियां ओए ते मन दित्ता सी ना किसे नूं अपने पिंड दा किहदा खूह सी इह खूह सी जी इहना अपना बदावा सिंह दा एक लोहे वाला खूह सी ओह सी मूला सिंह दा करतार सिंह का दोवे भरा सन जी अच्छा पर मसीत वाला खूह सी वह सी बिरख साई सन साढ़े पिंड को थोड़े जे घर आए लामो ही सन अच्छा उन्हों का सी सिखा का सी हाँ एक घर से कितों लामो आया तो आदला खूह है आदला खूह सी ये असी बाबे सौण का सौण ना सी ना मोना सिख से अच्छा सौण हाँ वह खूह से तो आ जरा साडा अपना खूह से ये मेरा सुल्तान आ बंदा ठीक है ठीक हाँ सही इन्हों का खूह जरा डाल फतेह महमद का तो पर जरा खूह से श्रीह वाला से एक वह शेरा तो बलिदा तो इन्हों का एरा वगैरह दो खूह सन असली मुसलमाना के दूजे सारे ही सन सिखाने ठीक है हाँ तो पिंड उदू जीवी मरला कि चौखा होंगे सी जीवी मरला सिखा का ज़्यादा से किड़े का सी बहुता ज़्यादा कोई मेरा से हाँ सिखा पार्टी डालते हाँ जी हाँ जी तो कुछ सन वो अपना बूटा सिंह के जी उन्हों का वखरा खूह से बूटा सिंह का वो पुत्र सन केर सिंह दूजे का ना की सूबा अमर सिंह दो पुत्र हाँ वो घूमर अब 1.5 पॉइंट आए अच्छा ये बूटा सिंह का खूह कड़ा सी ਵੱਡਾ ਖੂਹ ਵੱਡਾ ਖੂਹਾਂ ਦੇ ਨਾਲ ਇਹ ਪਿੰਡੂ ਕਿਹੜੇ ਲਾਮੇ ਪੈਂਦਾ ਸੀ ਪਿੰਡ ਤੋਂ ਚੜ੍ਹਦੀ ਲਾਮੇ ਪੈਂਦਾ ਸੀ ਫਿੱਲੋ ਕਿਆ ਤੋਂ ਆਵੀ ਤੋਂ ਉਹਦੇ ਖੂਹ ਤੋਂ ਸ਼ਰਕ ਪਰਤ ਕੇ ਬੜੀ ਜਾਣੂ ਆਉਂਦੇ ਸੀ ਸਹੀ ਚਾਂਦੇ ਕੋਟ ਦੇ ਨੇੜੇ ਸੀ ਠੀਕ ਹੈ ਆਦਤ ਹੈ ਪਿੰਡ ਦੇ ਵਿੱਚ ਉਸ ਵੇਲੇ ਜਿਹੜੇ ਕੁਛ ਬਲ ਤੁਹਾਡੇ ਨਾਲ ਖੇਡਦੇ ਸਨ ਸਿੱਖਾਂ ਦੇ ਤੁਹਾਨੂੰ ਉਹਨਾਂ ਦੇ ਨਾਂ ਆਉਂਦੇ ਨੇ 10 ਵਜੇ ਸੀ ਉਹਨਾਂ ਦਾ ਹੈ ਕੀ ਨਾਂ ਸੀ ਬੁੱਢਾ ਸਿੰਘ ਦਾ ਪੁੱਤਰ ਉਹਦੇ ਨਾਂ ਕੀ ਸੀ ਉਹਦਾ ਨਾਂ ਸੀ ਆਸਫ ਆਸਫ अच्छा जेड़ा सी ना लंबर देवा सिंह का पोतरा एक शीशा सिंह सी तो नाम बखा सी पोतरा जेड़ा इस तरह करके ना एक शीशा सी ते दूजे दे नाम सूबा सी सूबा दो बाबे लंबर दे पुत्र हां ते इस तरह करके ना दसो जी बाबा धन मंदे जेड़े साडे बाबा सिंह दे किन्ने सन बदावा सिंह दे ਉਹਦਾ ਦਰਸ਼ੀ ਸੀ ਇੱਕ ਸਿੰਘ ਜਿਹੜੇ ਕਰਤਾਰੂ ਨਹੀਂ ਸਨ ਕਰਤਾਰੂ ਪਾਲਾ ਉਹਨਾਂ ਦਾ ਕੁਝ ਸੀ ਉਹਨਾਂ ਦਾ ਕੋਈ ਆਪਣੇ ਦੇ ਨਾਂ ਹੀ ਸਨ ਉਹਨਾਂ ਦੇ ਆਪਣੇ ਬਾਬੇ ਹਾਕਮ ਸਿੰਘ ਦੇ ਪੁੱਤਰ ਸਨ ਉਹ ਇੱਕ ਦਾ ਨਾਂ ਕਰਤਾਰ ਸਿੰਘ ਸੀ ਇੱਕ ਦਾ ਮੂਲਾ ਸਿੰਘ ਇੱਕ ਦਾ ਪਾਲਾ ਸਿੰਘ ਪਤਾ ਸਾਰਾ ਤੁਹਾਨੂੰ ਸੁਣ ਤੁਸੀਂ ਉਹਨਾਂ ਦੇ ਛੱਡਦੇ ਹੋ ਪਤਾ ਸਾਰਾ ਤੁਹਾਨੂੰ ਥੋੜ੍ਹਾ ਜਿਹਾ ਮੇਰੇ ਤੋਂ ਵੱਡਾ ਹੈ ਉਹਦਾ ਜੇ ਨਹੀਂ ਕਹੂੰਗਾ ਅੱਛਾ ਜਿਹੜੇ ਤੁਹਾਡੇ ਨਾਲ ਬਾਲ ਖੇਡਦੇ ਸਨ ਨਿੱਕਿਆਂ ਹੁੰਦਿਆਂ ਉਹ ਜਦੋਂ ਤੁਸੀਂ ਇਕੱਠੇ ਹੁੰਦੇ ਸੋ ਰਲ ਮਿਲ ਕੇ ਕਿਹੜੀ ਖੇਡ ਕੌਡੀ ਖੇਡਣੀ ਮਾਂ ਪੜਨੀ ਸੁਹਾਗਾ ਚੁੱਕਣਾ ਘੁੜਨਾ ਡਾਂਗ ਪਾ ਕੇ ਚੁੱਕਣੀ ਇਹ ਸਾਰੇ ਕੰਮ ਹੁੰਦੇ ਸਨ ਚਾਚਾ ਜੀ ਨੇ ਸਾਰਿਆਂ ਬਾਲਾਂ ਦੇ ਵਿੱਚੋਂ ਮੁਸਲਮਾਨਾਂ ਸਿੱਖਾਂ ਦੇ ਜਿਹੜੇ ਰਲਾਏ ਜਾਣ 'ਤੇ ਇੰਨੇ 'ਚੋਂ ਸ਼ਰਾਰਤੀ ਮੁੰਡਾ ਕਿਹੜਾ ਹੁੰਦਾ ਸੀ ਸਰਤਾ ਸ਼ਰਾਰਤੀ ਦਰਸ਼ ਹੁੰਦਾ ਸੀ ਅੱਛਾ ਉਹਦੇ ਕੋਈ ਛੋਟੇ ਮੋਟੇ ਕੰਮ ਦੱਸ ਛੱਡੋ ਕੀ ਦਵਾਨੇ ਪੁੱਟ ਕੇ ਖਾਂਦਾ ਹੁੰਦਾ ਸੀ ਉਹ ਦਵਾਨੇ ਖੁਆਉਂਦਾ ਸੀ ਖੱਕੜੀਆਂ ਖੁਆਉਂਦਾ ਸੀ ਲੋਕਾਂ ਦੇ ਆਪਣਾ ਬੋਲ ਪਾ ਲੈਣੇ ਉਹਦੇ ਕੰਮ ਕਰਨੇ ਅਤੇ ਆਪਣਾ ਸ਼ਰਾਬ ਸ਼ਰੂਬ ਪੀਣਾ ਤੂਰਾਂ ਪਰਾਂ ਉਹਦੇ ਕੰਮ ਕਰਨੇ ਬੜੇ ਸਿੱਖ ਦਾ ਅਤੇ ਬੜਾ ਬੜਾ ਉਤਰਾ ਕਰਤਾਰੂ ਸੀ ਕਰਤਾਰੂ ਉਤਰਾ ਕਦੀ ਇਸ ਗੱਲ ਤੋਂ ਲੈ ਕੇ ਕੋਈ ਵਾਧਾ ਘਾਟਾ ਵੀ ਹੋਇਆ ਵਾਧਾ ਲੜਾਈਆਂ ਹੁੰਦੀਆਂ ਹਨ ਲੜਾਈ ਇੱਕ ਬੜੀ ਚੰਗੀ ਸਿੱਖਾਂ ਦੇ ਮੁਸਲਮਾਨਾਂ ਦੀ ਹਾਂ ਐਸੇ ਗੱਲ 'ਤੇ ਉਹ ਕੋਈ ਹੋਰ ਕੰਮ ਸੀ ਸਾਡੇ ਪਿੰਡ ਕਥਾ ਬੜੇ
कतल बड़े होंगे सन संताली पेल भी तो बाद चुनते रहे अच्छा तो वह तो चलो आते रहे तो वह लड़ पे सन एक लड़े संताली तो पहला उन्हें मेन थोड़ी संभाल है तो इन ज्यादा है वह एक जरा बाबा बूटा सिंह का भरा से सुंदर सिंह ना बड़ा जवान से जिन्हों सोटा मारते दूजा नहीं लगा अच्छा एक और बंदा आया लामो साडा उस आके फिर उन्होंने मारिया से पाँच सत्त रेड़े बाबा वाली दाते शेरे शूरे के सारे वो सामने को लड़े सिख के मुसलमान तो वह सुंदर सिंह जरा सी ना वो जिन्हों सोटा मारता दूजा नहीं लगा मूँह पर जावे ना फिर वो फिर उन्होंने मार छड़ो ना वो रौला पिया मुसलमान ठीक है तो बहुत मारते मुड़ते ही रहे तुम आख्या कि कबड्डी खेलते सन तो कबड्डी के तरीका बंदा सी जी बस उदो मुंडे कभी कुछ किसी चा मुंडे छुटे सन कई बच्चे भज जाना किसी काबू आ जाने कर देना तो उदो स्कूल होंगे सी पिंड स्कूल पिंड ही कौन सी नहीं सी है उदो वाले जाग पढ़ते उदो वाले जाग पढ़ते उदो वाली स्कूल हाँ उदो तो पिंड कोई मेला शेला लगता होंगे अपने पिंड को नहीं लगता हाँ जी इतने ना बदो कि लगता सी माकिया जी नाल भरा अजीरा का मेला आते सन बड़े दूरों सिखा तो मुसलमाना भी जाना तो उत्थे डंडा सोटा लड़ भी पैना कौड़ी भी आनी बड़ी फिर घोड़ियाँ भजनिया ऊठ भजने बड़ा तमाशा लगता मैं तुसा मेला कभी वेख्या कई बार हर साल वेखी था अच्छा थोड़ा दस दौ मेले तो की होंगे मेले तो पंगूड़े शंगूड़े आते सन हाँ जी सर्कस सुरकने से आते तो बस ज्यादा जोर कौड़ी का ही आना पहला कोई मठियाइया मठुईया होना पर घोड़ियाँ भजनिया ते कोड़ियां तो पिछे ला बी हूँ कौड़ी पै गई है कौड़ी वेखने शाम तक होनी सा दिहाड़ी का मेला से पहला दस ग्यारह बजे तो मर के लोगों कट्ठे आना नूरपुर के आने कालोकिया के आने नशौरे के आने सिख पर पिड़ी के आने उन्होंने पर सारे द्वारा कट्ठे आना मेला जो यही लगता से वो पंद्रह फगन से ही लगता पंद्रह फगन दी ना पंद्रह फगन की संघ आना सोलह न लगता तो मुड़े सारे पिंड उ कट्ठे होना बड़े थान च मेला लगता बड़िया अपने दुकाना आनी कुआलियां होनी ढोल बजने काम होने मेले तो किन्ने पैसे लेके जाते होंगे असि पाँच दस रुपये मसा पाँच जिन लावे लुडिया मार दो आने का दो आने तो मठियाई मठोई दो आने किलो सी चाची मैं तो सुनिया कि जो बंदा और दस आने भी लैके जाता परता के लिया बड़ा बड़े जिनों शाल बजे वो ये होने ना भी उत्थे गाने लगने फिर उन्होंने वेलां शेलां देनियां जिस रुपया देना बड़े लम्मी वेल होने फलाने का टमकाने का तो अच्छा वो कुछ वेलां देनियां कुछ अपना खाना पीना तो कुछ जरा वध जाना वो बस को उत्थे गोश्त होने गोश्त ले आना घर ਜਾਂ ਕੋ ਜਿਹੜੇ ਕੋ ਪੰਜ ਸੱਤ ਬਾਜ ਵੀ ਜਾਣੇ ਵਿੱਚ ਹਾਂ ਇਹਨਾਂ ਗੱਲ ਆਲੇ ਦੁਆਲੇ ਜਿਹੜੇ ਪਿੰਡ ਨੇ ਇੱਥੇ ਜੇ ਤੁਸੀਂ ਨਾਂ ਲਏ ਨੇ ਇਹਨਾਂ ਦੇ ਵਿੱਚੋਂ ਹੋਰ ਕਿਹੜਾ ਪਿੰਡ ਸੀ ਜਿਹੜਾ ਤਗੜਾ ਸਿੱਖਾਂ ਦਾ ਪਿੰਡ ਸੀ ਜਿੱਥੇ ਚੋਖੇ ਸਿੱਖ ਸਨ ਕਾਲੋ ਕਹਿੰਦੇ ਤੇ ਨੂਰਪੁਰ ਦੇ ਉਹ ਕਾਲੋ ਕਹਿੰਦੇ ਆ ਜਿਹੜੇ ਪੁੱਜਦੇ ਸਨ ਹਾਂਜੀ ਉਹ ਬਤਾਲੇ ਦੇ ਸਨ ਹਾਂਜੀ ਜਾਂ ਫਿੱਲੋ ਕਹਿੰਦੇ ਫਿੱਲੋ ਕੀ ਦੇ ਸਨ ਨਹੀਂ ਉਤਰੇ ਨੂਰਪੁਰ ਦੇ ਸਨ ਉਹ ਦੇ ਬਦਮਾਸ਼ ਸਨ ਤੇ ਕਾਲੋ ਕਹਿੰਦੇ ਜਦੋਂ ਉਹਨਾਂ ਆ ਜਾਣਾ ਨਾ ਮੇਲੇ ਦੇ ਤਰ ਫਲਾਟ ਆ ਜਾਣਾ ਦੇ ਕੋਲ ਕਾਲੇ ਦਾ ਸੀ ਨਾ ਸਰਦਾਰ ਝੰਡਾ ਸਿੰਘ ਉਹ ਅਦਾਲਤ ਕਰਦਾ ਸੀ ਆਪਣੀ ਉਹਨਾਂ ਛੇ ਮਹੀਨੇ ਬੰਦਾਂ ਦਾ ਆਰਡਰ ਸੀ ਨਿਆਣੇ ਦੇ ਜਿਹੜੇ ਪਿੰਡ ਸਨ ਨਾ ਸਾਰੇ ਇਹ ਉੱਥੇ ਜਾਂਦੇ ਸਨ ਛੋਟੀਆਂ ਮੋਟੇ ਕੇਸ ਉਹਨੇ ਕੋਲ ਜਾਂਦੇ ਸਨ ਅਤੇ ਵੱਡਾ ਕਤਲਾਂ ਕੁਤਲਾਂ ਦੇ ਕੇਸ ਮੁੜ ਸ਼ਹਿਰ ਜਾਂਦੇ ਸਨ ਅੱਛਾ ਉਹਨੂੰ ਜੁਰਮਾਨਾ ਕਿਸੇ ਨੂੰ ਕਰਨਾ ਕਿਸੇ ਨੂੰ ਕੁਛ ਛੇ ਮਹੀਨੇ ਬੰਨ ਛੱਡਣਾ ਕਿਸੇ ਨੂੰ ਬਰੀ ਕਰ ਛੱਡਣਾ ਗੱਲਾਂ ਬਾਤਾਂ ਸੁਣ ਕੇ ਜਦੋਂ ਤਰੀਕਾਂ ਪਾ ਇਹ ਸਾਡੇ ਇਲਾਕੇ 'ਚ ਇਹ ਸਰਦਾਰ ਝੰਡਾ ਸਿੰਘ ਦੀ ਅਦਾਲਤ ਚੱਲਦੀ ਸੀ ਹਾਂ ਚੰਗਾ ਬੰਦਾ ਸੀ ਉਹ ਪਿੰਡ ਮਾਲਦਾਰ ਬੜਾ ਸੀ ਅਤੇ ਜ਼ਮੀਨ ਬੜੀ ਸੀ ਜਿੱਥੇ ਜਿੱਥੇ ਉਹਦੀ ਜ਼ਮੀਨ ਨਹੀਂ ਸੀ ਹਾਂ दूर तक वो पहुंचे सरदार दी बड़ी गल सी सरदार चंडा सिंह सुनिया के जो सरदार सी बटाले चंडा सिंह ओदी जमीन हर थान ते सी किथे किथे तकरीबन ओदी इत्थों लेके ओ बुग्गा है उत्थे नानकोट अगा आईने वाले तो अगा बाठी बड़ी दूर ते जमीन सी हर थान ते मतलब ओदी जमीन हर थान सही ਸਾਨੂੰ ਉਠਾਉਣਾ ਜਮੇ ਕੋ ਨਹੀਂ ਸਾਡੀਆਂ ਪਤਾਲ ਤੱਕ ਜਿਹੜਾ ਜੜਾਂ ਨੇ ਸਾਨੂੰ ਕਿਹਦੀ ਜ਼ੋਰ 'ਤੇ ਉਠਾਉਣ ਲੋਕ ਪਹਿਲਾਂ ਆਉਂਦੇ ਹਨ ਨਾ ਉਹ ਪਹਿਲਾਂ ਆ ਕੇ ਵਡੇਰਿਆਂ ਗੱਲਾਂ ਕਰਨੀਆਂ ਕਈਆਂ ਪੜ੍ਹਿਆ ਲਿਖਿਆ ਮੁੰਡਿਆਂ ਕਈ ਆ ਦੁਕਾਨਾਂ ਦਾਣਾ ਲੈ ਬਈ
14 तरीक नूं 14 अगस्त नूं ये तुहानूं छड्डना पैणा इलाका तुसां टुर जाणा इंडिया च ना आखना क्यों चबड़ा मारना असां उत्थे की लैण जाणा वो असीं एड्डे मालक असीं एड्डे पुजदे साडे कोल असीं हुकूमत साडी अपनी सानूं जम्मिया उठाउण वाला इहो जिहियां गल्लां करनियां उहनां इक किला मियां सिंह दा सी ਤੇ ਇਹ ਕਿ ਸਰਦਾਰ ਚੰਦਾ ਸਿੰਘ ਉੱਥੇ ਵੀ ਉਹ ਵੀ ਅਦਾਲਤ ਆਪਣੀ ਕਰਦਾ ਕਿਲਾ ਮੀਆਂ ਸਿੰਘ ਸ਼ੇਰੇ ਦੇ ਕੋਟ ਦਾ ਜਿਹੜਾ ਵਿਰਸਾ ਸਿੰਘ ਹਾਂ ਉਹ ਤੇ ਇੱਥੋਂ ਦਾ ਸੀ ਸਜਾ ਇਕਨਾਂ ਦਾ ਹੈ ਇਕਨਾਂ ਦਾ ਸੀ ਨਹੀਂ ਨਹੀਂ ਇੱਥੇ ਪਿੰਡ ਤੁਹਾਡੇ ਰਿਸ਼ਤੇਦਾਰ ਵੀ ਆਏ ਨਾ ਉੱਥੇ ਉਹ ਪੀਰ ਨਹੀਂ ਹਨ ਇਹ ਸਰਕਿਆਂ ਦਾ ਇਹ ਸਰਕਿਆਂ ਦਾ ਸੀ ਉਹ ਪੀਰਾਂ ਦਾ ਮਰੀਜ਼ ਸੀ ਹਾਂ ਉਹ ਜਦੋਂ ਤੁਰ ਕੇ ਨਾ ਸਿੱਖ ਇੱਥੋਂ ਉਹ ਵੀ ਅਸੀਂ ਤੁਰੀ ਜਾਣਾ ਉਹ ਵੀ ਤੁਰ ਗਿਆ ਨਾਲੇ 250 ਬੀਬੀ ਮੁਸਲਮਾਨਾਂ ਦੀ ਜਿਹੜੀ ਉੱਥੇ ਉਹਨਾਂ ਰੱਖੀ ਵੀ ਸੀ ਨਾ ਉਸ ਲਿਆ ਕੇ ਇੱਥੇ ਮੁਸਲਮਾਨਾਂ ਦੀ ਲਵੜ ਛੱਡੀ ਹੈ ਛੱਡ ਕੇ ਤੁਰ ਜਾਣਾ ਭਾਈ ਆਪੋ ਆਪਣਾ ਜਿੱਥੇ ਤੁਹਾਡੇ ਬੈਠੇ ਨੇ ਤੁਰ ਜਾਓ ਅਖੀਰ ਹੀ ਇੱਕ ਦਿਨ ਮੁਸਲਮਾਨ ਬੈਠੇ ਵੀ ਕੋਈ 5-7 ਜੀ ਉਹ ਤਾਂ ਜੇ ਸੁਣੀਆਂ ਸੁਣੀਆਂ ਗੱਲਾਂ ਨੇ ਆਹ ਕਿਹੜਾ ਉਹਦੇ ਵਿੱਚ ਉਹ ਜਾ ਕੇ ਬਹਿ ਗਿਆ ਉਹ ਇੰਡੀਆ ਦੀ ਗੱਲ ਕਰਨ ਲੱਗੇ ਨਾ ਬਹਿ ਗਿਆ ਉਹਨਾਂ ਨੂੰ ਇਹ ਗੱਲ ਜਦੋਂ ਇੱਥੋਂ ਸੁਣਾਓ ਜਦੋਂ ਵਿਰਸਾ ਸਿੰਘ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਤਾਂ ਕੀ ਆਖਿਆ ਉਹਨੇ ਕਿ ਤੁਸੀਂ ਇਹ ਸਿੱਖ ਬਣ ਕੇ ਦਿਨੋਂ ਬਣੇ ਹੋ ਕਿ ਮੁਸਲਮਾਨ ਮੁਸਲਮਾਨ ਹੋ ਪਰ ਜਦੋਂ ਹੋ ਗਏ ਉਹ ਸਿੱਖ ਜਾਂ ਉੱਥੋਂ ਵਾਲੀ ਦਿਓ ਹਾਂਜੀ ਉਹਨਾਂ ਆਖਿਆ ਕਿ ਇਹਦਾ ਦਿਲ ਨਹੀਂ ਕਰਦਾ ਮਜ਼ਬ ਆਪਣਾ ਛੱਡਣ 'ਤੇ ਹੁਣ ਮੁੰਡਾ ਤੁਹਾਡੀ ਮਸਾਇਆ ਨਾ ਜਿਵੇਂ ਆਖੋ ਕਰਨੇ ਉਸ ਆਖਿਆ ਫਿਰ ਮਸੀਤ ਆਬਾਦ ਕਰੋ ਅੱਛਾ ਉਹਨਾਂ ਮਸੀਤ ਆਬਾਦ ਕੀਤੀ ਇਹਦੇ 'ਤੇ ਅਤੇ ਪੇਸ਼ੀ ਹੋਈ ਹੈ ਉਸ ਆਖਿਆ ਚਲੋ ਬਾਂਗ ਆਖੋ ਉਹ ਬਾਂਗ ਦੇ ਜਿਹੜੇ ਉਹਨਾਂ ਆਖੀ ਹੈ ਅਤੇ ਸਿੱਖਾਂ ਫਿਰ ਪਏ ਨੇ ਭੱਜ ਕੇ ਅਤੇ ਆਪ ਬੂਹੇ ਦੇ ਵਿੱਚ ਲੈ ਕੇ ਫਿਰ ਬੈਠਾ ਆ ਉਹ ਸਿੱਖਾਂ ਦੀ ਪੇਸ਼ ਨਹੀਂ ਫਿਰ ਗਈ ਫਿਰ ਉਹ ਜਾ ਕੇ ਥਾਣੇ ਗਏ ਨੇ ਥਾਣਿਓ ਥਾਣਦਾਰ ਆਇਆ ਦੋ ਸਿਪਾਹੀ ਆਏ ਨੇ ਇੱਕ ਉਹ ਥਾਣਦਾਰ ਨੇ ਮਾਰਿਆ ਇੱਕ ਸਿਪਾਹੀ ਨੇ ਮਾਰਿਆ ਫਿਰ ਉੱਥੇ ਗੱਡੀਆਂ ਦੀਆਂ ਗੱਡੀਆਂ ਆ ਖੜੀਆਂ ਭਾਈ ਇੱਕ ਸਿੱਖ ਹੈ ਅਤੇ ਉਹ ਆਈਆਂ ਹੀ ਕਰਦਾ ਹਾਂ ਜਿਹੜੇ ਉਹਨੂੰ ਸੱਦਿਓ ਸੀ ਉਸ ਆਖਿਆ ਵੀ ਕੀ ਨਾਂ ਤੇਰਾ ਉਸ ਆਖਿਆ ਨਾਂ ਮੇਰਾ ਵਿਰਸਾ ਸਿੰਘ ਹੈ ਉਹਨਾਂ ਦੇ ਮੈਨੂੰ ਥੁੰਨਾ ਨੇ ਜਿੱਥੇ ਮੈਂ ਪੈਰ ਝਾੜਲਾ ਮੈਂ ਚੁੱਕਿਆ ਕਦੇ ਉਸ ਆਖਿਆ ਫਿਰ ਤੂੰ ਇਹਨਾਂ ਨੂੰ ਨਮਾਜ਼ ਪੜ੍ਹਾਉਣਾ ਉਸ ਆਖਿਆ ਜੀ ਮੇਰੀ ਗੱਲ ਸੁਣੋ ਤੁਸੀਂ ਮੌਕਿਆ ਦੇ ਬਾਦਸ਼ਾਹ ਹੋ ਸਾਡਾ ਤੁਹਾਡਾ ਮੁਕਾਬਲਾ ਕੋਈ ਨਹੀਂ ਪਰ ਇੱਕ ਗੱਲ ਹੈ ਨਾ ਤਾਂ ਪੜ੍ਹਨ ਕਲਮਾ ਨਬੀ ਦਾ ਅਤੇ ਨਾ ਇਹ ਰਾਮ ਰਾਮ ਆਖਣ ਅਤੇ ਇਹਨਾਂ ਦਾ ਵਸੀਲਾ ਕੀ ਹੈ ਹਾਂਜੀ ਚਲੋ ਜੇ ਇਹ ਕਲਮਾ ਪੜ੍ਹਨ ਦੇ ਨਮਾਜ਼ ਪੜ੍ਹਨ ਦੇ ਰੋਜ਼ਾ ਰੱਖਣ ਦੇ ਅਤੇ ਇਹਨਾਂ ਦੀ ਮਰਜ਼ੀ ਹੈ ਅੱਲਾਹ ਪਾਕ ਇਹਨਾਂ ਨੂੰ ਜਨਮ ਦੇ ਦਾ ਅਤੇ ਮਥੇ ਸਾਡੀ ਬੈਠੇ ਤੁਹਾਡਾ ਲੈਂਦੇ ਕੀ ਉਹ ਲਿਖ ਕੇ ਦੇ ਗਿਆ ਜਿਹਾ ਸਿੱਖ ਆਪਣਾ ਪਿਆ ਉਹ ਦਿਹਾੜੇ ਨਮਾਜ਼ਾਂ ਪੜ੍ਹ ਅੱਛਾ ਉਸ ਵੇਲੇ ਪਿੰਡ ਦੇ ਵਿੱਚ ਤੁਸੀਂ ਕੋਈ ਸ਼ਾਦੀ ਵਿਆਹ ਵੀ ਵੇਖਿਆ ਸੀ ਬੜੇ ਹਾਂ ਵਿਆਹ ਵਿਆਹ ਇਸ ਨੇ ਹੁੰਦੇ ਸਨ ਉਹ ਜੋ ਉਦੋਂ ਦੇ ਵਿਆਹ ਦਾ ਹਿਸਾਬ ਹੋਰ ਸੀ ਵੀ ਨਿੱਕਾ ਗੋਹੀ ਖਾਣਾ ਦੇਸੀ ਘਿਓ ਖਾਣਾ ਦੂਜਾ ਨੇ ਜਿਹੜੇ ਮੋਟੇ ਛੋਟੇ ਤੇ ਸਿੱਖ ਕਰਨੇ ਹਨ ਦਿੰਦੇ ਜੀ ਜੀ ਗਾਂ ਜਾਂ ਕੱਟਾ ਨਹੀਂ ਸਨ ਕਰਨ ਦਿੰਦੇ ਬੱਕਰਾ ਕਰੋ ਅਤੇ ਹਲਾਲ ਕਰੋ ਅਤੇ ਨਾਈ ਦੇ ਰੋਟੀ ਪਕਾਉਣੀ ਹੈ ਉਹ ਕਈ ਵਾਰੀ ਤਾਂ ਸਿੱਖ ਅਤੇ ਮੁਸਲਮਾਨ ਹੈ ਉਹ ਇੱਕ ਦੂਜੇ ਦੀ ਜੰਗੀਆਂ ਜਾਂਦੇ ਸਨ ਹਾਂਜੀ ਜੇ ਸਿੱਖਾਂ ਦਾ ਵਿਆਹ ਹੋਣਾ ਤਾਂ ਮੁਸਲਮਾਨਾਂ ਨੂੰ ਫਲਾਣੇ ਆਪ ਆਪਣੇ ਯਾਰ ਸੱਜਣ ਨੂੰ ਸਾਧ ਲੈਣਾ ਤੂੰ ਲੈਵੇ ਜੰਜੇ ਜਾਣਾ ਵੱਡੇ ਉਹ ਜੰਜੇ ਵੀ ਜਾਣਾ ਹੈ ਉਹਨਾਂ ਦੇ ਨਾਲ ਰੋਟੀ ਵੀ ਆ ਕੇ ਖਾਣੀ ਉਹ ਨਾਈਆਂ ਪਕਾਉਣੀ ਅਤੇ ਹਲਾਲ ਕਰਨਾ ਉਹਨਾਂ ਅਤੇ ਕਈ ਜਿਹੜੇ ਸਨ ਉਹ ਐਸੇ ਸਨ ਉਹਨਾਂ ਬੱਕਰੇ ਨੂੰ ਬੰਨ ਲੈਣਾ ਨਾਲ ਖੁੱਲੀ ਦੇ ਇੱਕ ਹੀ ਆ ਕੇ ਮਾਰਨਾ ਟੋਕਾ ਇੱਥੇ ਅਤੇ ਬੱਕਰੇ ਸਰੀਰ ਉੱਥੇ ਜਾਵੇ ਨਹੀਂ ਪੜੋ ਉਹ ਝਟਕਾ ਕਰਦੇ ਇਹ ਉਹ ਕਰਦੇ ਹਨ ਝਟਕਾ ਉਹਦੇ ਵਿੱਚ ਫਿਰ ਮੁਸਲਮਾਨੇ ਸਰਾਲ ਅੱਛਾ ਅਤੇ ਮੁਸਲਮਾਨਾਂ ਕਰਨਾ ਹੈ ਉਹਨਾਂ ਗਾਂ ਕਰਨੀ ਹੈ ਅਤੇ ਫਿਰ ਉਹਦੇ ਵਿੱਚ ਸਿੱਖ ਨਹੀਂ ਸਰਾਲਦੇ ਇਹ ਸਾਫ ਸੀ ਅਤੇ ਇਸ ਪਿੰਡ ਦੇ ਵਿੱਚ 47 ਤੋਂ ਪਹਿਲਾਂ ਵਣ ਤੋਂ ਪਹਿਲਾਂ ਮੁਸਲਮਾਨਾਂ ਦਾ ਜਿਹੜਾ ਉਹ ਸਿੱਖਾਂ ਦੇ ਨਾਲ ਵਰੀ ਵਰਤਨ ਖਿੰਝਦਾ ਸੀ ਆਪਸ ਵਿੱਚ ਇਸ ਤਰ੍ਹਾਂ ਹੀ ਵਰਤੇ ਬਰਤਨ ਇੱਕ ਦੂਜੇ ਨਾਲ ਕਰਾ ਲੈਣਾ ਅਤੇ ਲੈਣਾ ਦੇਣਾ ਉਦੋਂ
ਜਦੋਂ ਫਿਰ 47 ਦੀ ਵੰਡ ਹੋਈ ਹੈ ਤੇ ਉਦੋਂ ਫਿਰ ਕੀ ਹੋਇਆ ਸੀ ਪਿੰਡ 'ਚ ਇੱਥੇ? ਮਤਲਬ ਕਿ ਕੋਈ ਜਦੋਂ ਸ਼ੁਰੂ ਤੋਂ ਗੱਲ ਸ਼ੁਰੂ ਹੋਈ ਹੈ ਤੁਸੀਂ ਸੁਣਦੇ ਸੋ ਬਾਹਰ ਲਾਮਦਿਆਂ ਪਿੰਡਾਂ 'ਚ ਕਿਧਰੇ ਕੋਈ ਜਿੱਥੇ ਹਮਲਾ ਲਾਮਦਿਆਂ ਪਿੰਡਾਂ 'ਚ ਜਥਿਆਂ ਦੇ ਜਥੇ ਲੰਘਣੇ ਇੱਥੇ ਸਿਵੇਂ ਸੜਕਾਂ 'ਚ ਲੋਕਾਂ ਮਾਰ ਕੁੱਟ ਕਰਨੇ, ਕਈਆਂ ਬੀਬੀਆਂ ਮਰ ਜਾਣਾ, ਕਈਆਂ ਬੱਚੇ ਮਾਰ ਛੱਡਣੇ, ਇੰਨੇ ਜ਼ੁਲਮ ਬੜੇ ਬੜੇ ਜ਼ੁਲਮ ਹੋਏ। ਕਈਆਂ ਖੂਹਾਂ ਦੇ ਵਿੱਚ ਵੱਢ ਵੱਢ ਕੇ ਸੁੱਟ ਛੱਡਣੇ ਬੰਦੇ, ਅਤੇ ਕਈ ਵਿਚਾਰੇ ਭੱਜ ਨਾ ਸਕੇ ਨਿਕਲ ਜਾਣਾ, ਕਿਸੇ ਕਾਬੂ ਆ ਜਾਣਾ ਉਹਨੂੰ ਮਾਰ ਛੱਡਣਾ। ਤੁਹਾਡੇ ਪਿੰਡ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਕੋਈ ਹਮਲਾ ਹੋਇਆ ਸੀ ਇੱਥੇ ਜਿਹਨੂੰ ਸਿੱਖੀ 'ਤੇ ਬੈਠੇ ਸਨ, ਤਾਂ ਤੁਹਾਡੇ ਪਿੰਡ ਦੇ ਉੱਤੇ ਕੋਈ ਹਮਲਾ ਹੋਇਆ ਸੀ? ਕੋਈ ਹਮਲਾ ਨਹੀਂ ਹੋਇਆ, ਨਹੀਂ ਹੋਇਆ ਸਾਡੇ ਪਿੰਡ 'ਤੇ, ਕੋਈ ਹਮਲਾ ਨਹੀਂ ਹੋਇਆ, ਮੈਨੂੰ ਸਾਨੂੰ ਖੈਰ ਨਹੀਂ ਪਤਾ, ਇਹਨਾਂ ਨੂੰ ਪਤਾ। ਹਮਲਾ ਕੋਈ ਨਹੀਂ ਹੋਇਆ, ਦੋ ਬੰਦੇ ਪਿੰਡ ਦੇ ਜਿਹੜੇ ਸਨ ਨਾ ਉਹ ਆਪਣੇ ਪਿੰਡ ਦੇ ਹੀ ਮਾਰੇ ਸਨ, ਅਸੀਂ ਸਨ ਵਿਚਾਰੇ ਮਹਤਾਜ ਆ, ਦੂਜੇ ਸਾਰੇ ਟੁਰ ਗਏ ਜਿਹੜੇ ਜਾਣ ਚੁੱਕੇ ਸਨ। ਉਹ ਇੱਕ ਇੱਥੇ ਲੰਘਾ ਜਿਹਾ ਸੀ, ਦੋਵੇਂ ਭਰਾ ਹੀ ਲੰਘੇ ਪਾ, ਉਹ ਬਾਬਾ ਭਾਗ ਸਿੰਘ ਤੇਜਾ ਸਿੰਘ ਦੋਵੇਂ ਲੰਘਿਆ, ਉਹ ਟੁਰ ਨਹੀਂ ਹਟ ਸਕਦੇ ਅਤੇ ਪਿੱਛੇ ਰਹਿ ਗਿਆ। ਸਾਡੇ ਪਿੰਡ ਇੱਕ ਬੰਦਾ ਸੀ, ਉਹ ਉਹਨਾਂ ਦਾ ਘਰ ਵਾਵਾ ਸੀ, ਉਸ ਘਰ ਦੇ ਉੱਤੇ ਕਬਜ਼ਾ ਕਰ ਗਿਆ। ਉਹਨੂੰ ਉਸ ਬਾਲ ਇੱਕ ਤਾਂ ਜਿਹੜਾ ਸੀ ਨਾ ਥੋੜ੍ਹਾ ਬਹੁਤ ਡੰਡੇ ਨਾਲ ਟੋੜ ਦਿੰਦਾ, ਉਹਦੇ ਰਾਤੋਂ ਰਾਹ ਨਿਕਲ ਗਿਆ ਉਹ ਬਾਬਾ ਤੇਜਾ, ਅਤੇ ਬਾਬੇ ਭਾਗ ਸਿੰਘ ਨੂੰ ਇਹਨਾਂ ਬਾਲਿਆ ਘੋੜੇ 'ਤੇ, ਆਹ ਤੈਨੂੰ ਛੱਡ ਆ ਵੀ ਆਪਣਾ ਸਾਡੇ ਤੋਂ ਲੰਘਦੇ ਸੇਮ ਤਾਰੀ ਜਾ ਦੇ ਕੋਲ, ਉੱਥੇ ਜਾ ਕੇ ਉਹਨਾਂ ਕੰਜਰਾ ਮਾਰੀ ਬਲਮ ਅਤੇ ਵੱਢ ਕੇ ਸੇਮ ਸੁੱਟ। ਉਸ ਆਖਿਆ ਮੈਂ ਤੁਹਾਨੂੰ ਕੀ ਆਣਾ, ਕੁੱਕੋ ਦੀ ਬਰਕੀ ਖਾਣੀ ਹੈ, ਤੁਸੀਂ ਘਰ ਸਾਂਭੋ, ਮਾਲ ਵੀ ਮੇਰਾ ਸਾਂਭੋ। ਢੱਗੇ ਚੰਗੇ ਸਨ ਉਹਨਾਂ ਦੇ, ਮਾਲ ਡੰਗਰ ਸਾਰਾ ਸੀ, ਪੁੱਤਰ ਤਾਂ ਉਹਦੇ ਟੁਰ ਗਏ ਪਤਰੀਏ ਨਾਲੋਂ, ਅਤੇ ਆਪ ਉਹ ਵਿਚਾਰੇ ਦੋਣ ਜਾਣ ਚੁੱਕੇ ਨੇ। ਉਹ ਤੇਜਾ ਸਿੰਘ ਦੇ ਖੋੜੇ ਰਿੜਦਾ ਖੁੜਦਾ ਕਿਤੇ ਨਿਕਲ ਗਿਆ, ਬਾਬੇ ਭਾਗ ਸਿੰਘ ਨੂੰ ਇੰਨਾ ਮਾਲ ਛੱਡ, ਹੋਰ ਹਮਲਾ ਸਾਡੇ ਪਿੰਡ ਕੋਲ ਨਹੀਂ ਹੋਇਆ, ਆਪਣੇ ਆਪ ਹੀ ਕਹੇ ਨੇ ਸਾਰੇ। ਲੁੱਟ ਮਾਰ ਮੁੜ ਪਿੰਡ ਦੇ ਕੀਤੀ, ਅੱਛਾ ਜਦੋਂ ਪਿੰਡੂ ਗਏ ਨਹੀਂ ਸਨ ਹੈ ਤਾਂ ਕਦੀ ਗੱਲ ਕਰਦੇ ਸਨ ਕਿ ਮਤਲਬ ਹੁਣ ਇੱਥੋਂ ਅਸੀਂ ਟੁਰ ਜਾਣਾ, ਕੀ ਬਣੇ ਦਾ ਹੁਣ? ਹਾਂ ਇੱਕ ਦੋ ਬੰਦੇ ਕਰਦੇ ਹਨ ਗੱਲਾਂ, ਜਿਹੜੇ ਸਨ ਨਾ ਪੜੇ ਪੁੜੇ ਦੁਕਾਨਾਂ ਪਾਈਆਂ, ਉਹ ਪਹਿਲਾਂ ਕੋਈ ਟੁਰ ਗਿਆ ਕਿ ਸਾਡੇ ਪਿੰਡ ਦੇ ਬੂਟਾ ਖੱਤਰੀ, ਉਹਦਾ ਪੁੱਤਰ ਕੋਨੇ ਹੱਥੀ ਨਹੀਂ ਸਨ, ਉਸ ਉਹਦੇ ਜਵਾਈ ਹੁੰਦੇ ਸਨ ਲੋਰ, ਉਹਨਾਂ ਉੱਥੋਂ ਆਉਣਾ ਅਤੇ ਇਹਨੂੰ ਦੱਸਣਾ। ਉਹਦੀਆਂ ਕੁੜੀਆਂ ਸਨ, ਇੱਕ ਦੋ ਕੁਆਰੀਆਂ ਹਨ ਅਤੇ ਦੋ ਵਿਆਹੀਆਂ ਵੱਡੀਆਂ, ਉਹਨਾਂ ਆਖਣਾ ਵੀ ਅੱਬੂ ਟੁਰ ਚਲੀਏ ਇੱਥੋਂ, ਇੱਥੇ ਨਹੀਂ ਜੇ ਰਹਿਣਾ ਤੁਸਾਂ, ਉਸ ਵੀ ਆਖਣਾ ਉਹ ਬਸ ਕਿੱਥੇ ਜਾਣਾ ਪਿੰਡ ਦੀਆਂ ਵੀ ਗੱਲ ਕਰਨੀ, ਤੋ ਉਸ ਆਖਣਾ ਉਹ ਬੂਟਿਆਂ ਐਵੇਂ ਝੂਠ ਮਾਰ ਦੇਣਾ, ਜਾਣਾ ਕਿੱਥੇ? ਉਹ ਮੁੰਡਾ ਆਪਣੀਆਂ ਬੀਵੀਆਂ ਨੂੰ ਲੈ ਗਿਆ ਸਾਂ, ਦੋ ਮਗਰ ਰਹਿ ਗਈਆਂ, ਇਹ ਉੱਚਾ ਫਿਰ ਰੌਲਾ ਪੈ ਗਿਆ, ਫਿਰ ਉਹ ਰਹਿ ਪਿਆ ਸੀ ਦੁਆਰਾ। ਫਿਰ ਇਸੇ ਤਰ੍ਹਾਂ ਲੋਕਾਂ ਉਹਨੂੰ ਆਖਿਆ ਮੁਸਲਮਾਨ ਕਰ ਲੈਂਦੇ ਆ, ਬੜੇ ਫਲਾਣ ਕਰਾਂ ਢਮਕਾ, ਉਹਨੂੰ ਫਿਰ ਗੋਸ਼ਤ ਦੇਣਾ, ਗਾਂ ਛਾਂ ਕਰਨੀ, ਉਹ ਖਾਣਾ ਨਹੀਂ, ਵਿੱਚੋਂ ਮੁਸਲਮਾਨ ਨਹੀਂ ਸੀ ਹੋਇਆ। ਉਹ ਮੁੜ ਉਹਨਾਂ ਨੂੰ ਗੁਫੀਆ ਉਦੋਂ ਕਿਸੇ ਤਰ੍ਹਾਂ ਨਾਲ ਆਖਿਆ, ਉਹ ਖਤ ਪਾਇਆ ਜਾਂ ਜਿਵੇਂ ਉਦੋਂ ਆ ਮੋਬਾਈਲਾਂ ਦਾ ਤਾਂ ਦੌਰ ਹੀ ਕੋਈ ਨਹੀਂ। ਅੱਛਾ ਉਹ ਫਿਰ ਆਏ, ਉਹਨਾਂ ਨਾਲ ਲਿਆਏ ਫੌਜ, ਮੈਂਟਰੀ ਹੁੰਦੀ ਸੀ, ਹਾਂ, ਅਤੇ ਨਾਲ ਟਰੱਕ ਲਿਆਏ। ਉਹ ਆ ਕੇ ਉਹਨੂੰ ਮੁੜ ਕੇ ਪਿੰਡ 'ਚ ਡੱਕਿਆ ਨਹੀਂ, ਉਹਨਾਂ ਉਹਦੇ ਸਾਰਿਆਂ ਜੀਆਂ ਨੂੰ ਨਾ, ਉਸ ਜਨਾਨੀ ਨੂੰ ਵੀ, ਉਹਨੂੰ ਵੀ, ਕੁੜੀਆਂ ਨੂੰ ਵਿੱਚ ਪਾਇਆ, ਸਮਾਨ ਜਿਹੜਾ ਕੋਈ ਸੀ ਉਹ ਟਰੱਕ ਕੇ ਸਾਡੇ ਤੋਂ ਲੈ ਗਿਆ, ਲੈ ਗਿਆ ਸਰ, ਹਾਂ ਠੀਕ ਹੈ, ਹੋਰ ਕੋਈ ਸੀ ਸਹੀ? ਹਾਂ, ਅਤੇ ਇਹ ਵੰਡ ਤੋਂ ਕੋਈ ਮਹੀਨਾ ਦੋ ਰਿਹਾ ਸੀ ਕਿ ਚੋਖਾ ਚਿਰ ਰਿਹਾ ਸੀ ਪਿੰਡ 'ਚ? ਇਹ ਰਿਹਾ ਕੋਈ ਦੋ ਤਿੰਨ ਮਹੀਨੇ ਰੌਲਾ, ਦੋ ਤਿੰਨ ਮਹੀਨੇ ਰਿਹਾ ਸੀ, ਰੌਲਾ, ਠੀਕ ਹੈ ਸਹੀ। ਅਤੇ ਜਿਹੜੇ ਫਿਰ ਲੋਕ ਪਿੰਡ 'ਚੋਂ ਉਦੋਂ ਗਏ ਸਨ ਅਤੇ ਇਹ ਕਿਹੜੇ ਵੇਲੇ ਨਿਕਲੇ ਸਨ ਪਿੰਡ 'ਚੋਂ? ਬਾਰਾਂ ਵਜੇ ਸਨ, 14 ਅਗਸਤ ਵਾਲੇ ਦਿਨ ਪਿੰਡ ਗਏ, ਅਤੇ ਜਿਹੜੇ ਪਿੰਡ ਦੇ ਸਨ ਉਹਨਾਂ ਫਿਰ ਮਾਲ ਡੰਗਰ ਲੁੱਟਿਆ, ਉਹਨਾਂ ਦੇ ਭੋਏ ਵਾਈ, ਉਹਨਾਂ ਕੋਲ ਦੋ ਮਹੀਨੇ ਰੌਲਾ ਕੋਲ, ਉੱਧਰੋਂ ਮਾਰ ਫਿਰ ਆਉਣ ਲੱਗ ਪਏ, ਪਹਿਲਾਂ ਤਾਂ ਇੰਨਾ ਆਖਿਆ ਹਰਸ਼ਾ ਸਾਡੀ ਹੈ, ਇਹ ਹੁਣ ਕਿਸੇ ਲੈਣੀ ਹੈ, ਮਾਲ ਵੀ ਲੈ ਗਏ, ਜ਼ਮੀਨਾਂ 'ਤੇ ਵੀ ਕਬਜ਼ੇ ਕਰ ਗਏ, ਫਸਲਾਂ ਸਾਨੂੰ ਵੱਢਣ ਲੱਗ ਪਏ, ਧੂੜੀਆਂ ਤਾਂ ਆਪਣੇ ਹੱਥ ਲਾਉਣ, ਆ ਮੇਰੀ ਆ ਤੇਰੀ, ਅਤੇ ਜਿਹੜੇ ਮਾਜਰ ਆ ਗਏ, ਫਿਰ ਉਹਨਾਂ ਆਖਿਆ ਪਟਵਾਰੀ ਆਉਣ ਲੱਗ ਪਏ ਨਾਲ, ਉਹਨਾਂ ਮੈਨੂੰ ਉਹਨਾਂ ਨੂੰ ਲੈ ਕੇ ਦਿੱਤੀ ਹਰਸ਼ਾ। ਅਤੇ ਤੁਹਾਨੂੰ ਪਤਾ ਜਦੋਂ ਇੱਥੋਂ ਨਿਕਲੇ ਸਨ ਤਾਂ ਕਿਹੜੇ ਰਾਹ ਪਏ ਸਨ ਇੱਥੇ ਜਦੋਂ ਗਏ ਸਨ ਇੱਥੋਂ ਪਿੰਡੋਂ? ਇਥੇ ਲਹਿੰਦੇ ਕੋਲ ਤੱਕ ਗਏ ਨੇ, ਉੱਥੇ ਦੱਸਿਆ ਨੇ ਇੱਥੇ ਸਾਰੇ ਇਕੱਠੇ ਹੋ ਗਏ, ਮੁੜ ਕਿਸੇ ਲਾਮੇ ਜਾਂਦੇ ਅੱਗੋਂ ਅੱਲਾ ਜਾਣੇ, ਜਦੋਂ ਅਸੀਂ ਟੁਰ ਰਹੇ ਸਾਨੂੰ ਮੈਂ ਪੂਰੇ ਸਾਂ। ਅੱਛਾ, ਤੇ ਪਰਤ ਕੇ ਉਹਨਾਂ ਲੋਕਾਂ ਦੇ ਵਿੱਚੋਂ ਕੋਈ ਪਿੱਛੇ ਪਿੰਡ ਵੇਖਣ ਆਇਆ ਕਦੀ? ਇੱਕੋ ਹੀ ਆਇਆ, ਉਹ ਤਿੰਨ ਦੱਸਿਆ, ਦੋ ਬੰਦੇ ਆਏ ਨੇ। ਹਾਂ, ਕੌਣ ਆਇਆ ਸੀ? ਉਹ ਬਾਬਾ ਬੁੱਢਾ ਸਿੰਘ, ਬੁੱਢਾ ਸਿੰਘ, ਉਹ ਵੀ ਕਿਸੇ ਦਾ ਉਹ ਦੇਣਾ ਲੈਣਾ ਸੀ, ਕਿਸੇ ਦਿੱਤਾ ਮਾਲ, ਉਹ ਆ ਕੇ ਉਹਨਾਂ ਇਹ ਵੰਡ ਤੋਂ ਕਿੰਨੇ ਕੁ ਸਾਲ ਮਗਰੋਂ ਆਇਆ ਸੀ ਇੱਥੇ?
आप घोड़ी तो घोड़ियाँ होंगे लोगों को स्कूटर सकाटर को घोड़ी तो लगा होता सिख तो अगों के पिंड जानी है धी तो इतने मिल पई है आप घोड़े तो उतर बहना तो उन्होंने उत्ते बार लेना भावें साई की हो गए भावें कमियाँ की हो गए आखना साड़ी धी है साड़ी भैन है हूँ तोड़ कर जा इन्ना को जा उदो भाई सारे करते हैं हूँ बगैर तो गुणे से इन्हें बगैर मुसलमान भी नहीं एक दूजे भैन भरावान बनते हूँ तो जमाना ही बदल गया ना कोई गल बड़े चंगा मौके असा टाइम वेख्या बहुत अच्छा चलो ठीक है थोड़ी बड़ी मेहरबानी तुसा गलबात कीती सही मेहरबानी तुसी जड़े इत्थों पिंडी चों लोक जड़े सिख उठ के गए ने उन्हां नूं कोई सुनेहा देना चाहो ते कोई गल उन्हां नूं आखना चाहो ते हो सकदा है मैं ना ओह ना सानूं ओहदी ओह असीं कीता सी फोन भी मैं असीं इत्थे कल्ला ही घर हाँ दूजिआं दा सानूं पता नहीं कित्थे कित्थे बैठे इक थां नहीं बैठे ओह कहिंदा गलबात करनी खैर मैं तेरा अज्ज भाजी अपना सलाम तो दे।